ਸਤਿ ਸ਼੍ਰੀ ਅਕਾਲ ਦੋਸਤੋ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਵੀ ਕਾਫੀ ਕਿਸਾਨ ਵੀ ਇਸ ਗੱਲ 'ਚ ਪਰੇਸ਼ਾਨ ਆ ਕਿ ਕਣਕ ਦੇ ਛਿੱਟੇ ਜਿਹੜੇ ਨਿਕਲਦੇ ਆ ਕਈ ਵਿੱਚ ਵਿਰਲੇ ਤੇ ਉਹ ਕਾਲੇ ਛਾਹੀ ਹੋ ਜਾਂਦੇ ਆ ਪਾਊਡਰ ਹੀ ਬਣ ਜਾਂਦਾ ਉਹਨਾਂ ਦੀਆਂ ਕੁੰਡੀਆਂ ਤੇ ਵੀ ਵੀਡੀਓ ਵਿੱਚ ਦੇਖ ਵੀ ਰਹੇ ਹੋ ਤੁਸੀਂ ਤੇ ਇਸ ਨੂੰ ਕਾਲੀ ਕਾਂਗੈਰੀ ਵੀ ਕਹਿੰਦੇ ਆ ਤੇ ਕਣਕ ਦਾ ਲੂਸ ਮੱਟ ਵੀ ਕਹਿੰਦੇ ਆ ਤੇ ਐਸਡੀ ਆਪਾਂ ਕਿਵੇਂ ਰੋਕ-ਥਾਮ ਕਰ ਸਕਦੇ ਹਾਂ ਸੰਬੰਧ ਵਿੱਚ ਵੀਡੀਓ ਬਣਾ ਰਹੇ ਹਾਂ ਵੀਡੀਓ ਨੂੰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਕਿਸਾਨ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲੈਣ ਪ੍ਰੈਸ ਤਾਂ ਜੋ ਆਣ ਆਣੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਹਾਂਜੀ ਕਿਸਾਨ ਦੋਸਤੋ ਜਿੱਥੇ ਵੀ ਤੁਹਾਨੂੰ ਇਹ ਬਿਮਾਰੀ ਦਿਖਦੀ ਆ ਖੇਤ ਵਿੱਚ ਇੱਕ ਦੋ ਛਿੱਟੇ ਦੇਖਣ ਨੂੰ ਮਿਲਦੇ ਆ ਜ਼ਿਆਦਾਤਰ ਆਪਾਂ ਨੂੰ ਜਿੱਥੋਂ ਆਪਾਂ ਪਾਣੀ ਛੱਡਦੇ ਆ ਨੱਕਿਆਂ ਦੇ ਨਾਲੋਂ ਜਿੱਥੇ ਸੈੱਲ ਜ਼ਿਆਦਾ ਰਹਿੰਦੀ ਆ ਜਾਨ ਨੰਬਰ 3 ਜਿੱਥੇ ਆਪਣੇ ਦਰਾਖਤ ਵਗੈਰਾ ਲੱਗੇ ਹੁੰਦੇ ਉਹਨਾਂ ਦੀ ਛਾਂ ਰਹਿੰਦੀ ਆ ਉੱਥੇ ਜ਼ਿਆਦਾ ਮਿਲਦੀ ਆ ਤੇ ਬੀ ਸੋਧ ਕੇ ਨਹੀਂ ਬੀਜਦੇ ਉਹਨਾਂ ਖੇਤਾਂ ਵਿੱਚ ਵੀ ਜ਼ਿਆਦਾ ਮਿਲਦੀ ਆ ਇਸ ਦਾ ਕੰਟਰੋਲ ਕਰਨ ਲਈ ਹਲੇ ਤੱਕ ਕੋਈ ਵੀ ਕੈਮੀਕਲ ਕੋਈ ਵੀ ਪੈਸਟੀਸਾਈਡ ਹਜ ਤੱਕ ਨਹੀਂ ਬਣਿਆ ਨਾ ਹੀ ਕੋਈ ਫੰਗੀਸਾਈਡ ਤੇ ਇਸ ਦਾ ਕੰਟਰੋਲ ਤੁਸੀਂ ਸਿਰਫ ਕਣਕ ਦੀ ਬੀਜ ਜਦੋਂ ਬਜਾਈ ਕਰਦੇ ਹੋ ਬੀਜ ਨੂੰ ਸੋਧ ਕੇ ਕਰ ਸਕਦੇ ਹੋ ਪੀਟਾ ਵੈਕਸ ਵਗੈਰਾ ਨਾਲ ਕੋਈ ਵੀ ਕੈਮੀਕਲ ਲੈ ਕੇ ਉਸ ਨਾਲ ਕਾਫੀ ਹੱਦ ਤੱਕ ਇਹ ਤੁਹਾਡੀ ਪ੍ਰੋਬਲਮ ਸੋਲਵ ਹੋ ਸਕਦੀ ਹੈ ਤੇ ਹੁਣ ਇਸ ਨੂੰ ਤੁਸੀਂ ਪਲਾਸਟਿਕ ਦੇ ਲਫਾਫੇ ਉੱਪਰ ਰੈਪ ਚੜਾ ਕੇ ਕਿਸੇ ਦੂਰ ਜਗ੍ਹਾ ਤੇ ਨੱਪ ਦਿਓ ਇਸ ਨਾਲ ਛੇੜਾਛੜੀ ਨਾ ਕਰੋ ਨਹੀਂ ਤਾਂ ਇਹ ਜਿਵੇਂ ਜਿਵੇਂ ਹਵਾ ਚੱਲਦੀ ਹੈ ਇਸ ਦਾ ਧੂੜਾ ਔਰ ਦੂਜੇ ਪੱਤੇਆਂ ਤੇ ਪੈਂਦਾ ਤੇ ਉਸ ਤੋਂ ਇਹ ਗਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਧਦੀ ਹੈ ਜਿਹੜਾ ਧੂੜਾ ਹੈ ਉਹੀ ਇਸ ਦਾ ਬੀਜ ਹੈ ਤੇ ਇਸ ਨੂੰ ਬਸ ਤੁਸੀਂ ਰੈਪ ਉੱਤੋਂ ਲਫਾਫਾ ਚੜਾ ਕੇ ਪਲਾਸਟਿਕ ਦਾ ਕੁਝ ਵੀ ਦੂਰ ਜਗ੍ਹਾ ਤੇ ਕਿਸੇ ਤੇ ਨੱਪ ਦਿਓ ਕੈਮੀਕਲ ਤਰੀਕੇ ਵਿੱਚ ਹਾਲੇ ਤੱਕ ਤੁਸੀਂ ਇਸ ਦਾ ਕੋਈ ਵੀ ਐ ਪ੍ਰੋਪਰ ਹੱਲ ਨਹੀਂ ਕਰ ਸਕਦੇ ਵੀ ਸੋਧ ਕੇ ਕਾਫੀ ਹੱਦ ਤੱਕ ਰੁਕ ਜਾਂਦੀ ਹੈ ਤੇ ਔਰ ਨੈਕਸਟ ਵੀਡੀਓ ਆਪਣੀ ਲਾਸਟ ਪਾਣੀ ਦੇ ਸੰਬੰਧ ਵਿੱਚ ਆ ਰਹੀ ਹੈ ਤੇ ਜੇ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਦਿੱਤੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਧੰਨਵਾਦ